ओ हाँ यार सिद्धू, ओ देख ली यार, ओ यार बेसमेंट च इंटरनेट जरूरी है, प्रिंटर भावे कल सेटअप कर दी, मैंने कॉल कर ली कोई प्रॉब्लम हुई था। हाँ तू जाके तो आया यार एक बारी। ओ चंगा ठीक है यार, ओके बाय। तोर पवन ना होर कोई ऑप्शन है मेरे को? पाजी मैं तोर में केबीसी नहीं खेल रही, जिन्हें मैं तुम कोई ऑप्शन दूंगी ठीक है, उठो तो चलो। सिद्धू चल ठीक है, मैं आना फिर। ओके बाय। सैम कित्थे आ पाजी? ਉਹਨਾਂ ਨੂੰ ਫੋਨ ਆਉਂਦਾ ਹੈ, ਉਹ ਨਾਲ ਹੀ ਚੱਲ ਜਾਂਦੇ ਨੇ। ਓਹੋ, ਇੰਨੇ ਮੰਥਾਂ ਬਾਅਦ ਤਾਂ ਆਇਆ ਸੀਗਾ। ਵੈਸੇ ਸੈਮ ਠੀਕ ਹੈ ਹੁਣ? ਕਿਉਂ ਪਾਜੀ ਨੂੰ ਕੀ ਹੋਇਆ? ਪਤਾ ਨਹੀਂ, ਸਟਾਰਟਿੰਗ 'ਚ ਤਾਂ ਬਹੁਤ ਆਉਂਦਾ ਸੀਗਾ ਸਾਡੇ, ਪਰ ਹੁਣ ਬਿਲਕੁਲ ਨਹੀਂ ਆਉਂਦਾ। ਪਾਜੀ ਨੇ ਨਾ ਬਸ ਇੱਕੋ ਰੱਟ ਲਾਈ ਹੋਈ ਹੈ ਕਿ ਰਿਸ਼ਤੇਦਾਰ ਦਿਨ ਜਾਣਾ, ਰਿਸ਼ਤੇਦਾਰ ਦਿਨ ਜਾਣਾ। ਪਤਾ ਨਹੀਂ ਕੀ ਚੱਲਦਾ ਰਹਿੰਦਾ ਨੇ ਦਿਮਾਗ। ਜੀਜਾ ਜੀ ਤੇ ਬੱਚੇ ਕਿੱਥੇ ਨੇ? ਉਹ ਜੀਜਾ ਜੀ ਟਰੱਕ ਤੇ ਗਏ ਹੋਏ ਆ, ਉਹਨਾਂ ਦਾ ਟੂਰ ਆ US ਦਾ। ਓ ਅੱਛਾ, ਤੇ ਬੱਚੇ? ਬੱਚੇ ਆਪਣੇ ਰੂਮ 'ਚ ਬੈਠੇ ਹੋਣੇ ਆ, ਟੈਬਲੇਟ ਤੇ ਪਲੇ ਕਰਦੇ ਹੋਣੇ, ਹੋਰ ਕੀ। ਮੈਂ ਬੁਲਾਉਂਦੀ ਹਾਂ ਉਹਨਾਂ ਨੂੰ। ਹਾਂਜੀ, ਗੁਰੀ, ਗੁਰਵੀਰ, ਗੁਰਵੀਰ। ਇੱਕ ਤਾਂ ਬੱਚੇ ਆਪਣੇ ਪੇਰੈਂਟਸ ਤੋਂ ਜਮਾ ਨਹੀਂ ਲਿਸਨ ਕਰਦੇ, ਕੁੱਕੀਆਂ ਦੇ ਕੈਂਡੀਆਂ ਲਈ ਰਨ ਕਰਦੇ ਆਉਣਗੇ। ਇਟਸ ਓਕੇ ਦੀਦੀ, ਕੋਈ ਗੱਲ ਨਹੀਂ, ਆਪਾਂ ਆਪਣੀਆਂ ਗੱਪਾਂ ਮਾਰਦੇ। ਠੀਕ ਹੈ, ਵਾਟਰ ਪੀਣਾ ਹੈ? ਵਾਟਰ? ਦੀਦੀ ਤੁਹਾਡੇ ਵਾਲ ਲੂੰਗੀ ਤੋਂ ਲੰਗੋਟ ਹੋ ਗਏ। ਉਹ ਯਾਰ ਪੁੱਛ ਨਾ, ਜਦੋਂ ਮੈਂ ਕੈਨੇਡਾ 'ਚ ਆਈ ਨਾ ਤਾਂ ਮੈਂ ਕੋਰਸ ਜੁਆਇਨ ਕੀਤਾ ਬਿਊਟੀ ਐਂਡ ਆਲ, ਤੇ ਮੇਰੇ ਇੰਸਟ੍ਰਕਟਰ ਮੈਨੂੰ ਕਹਿੰਦੀ ਤੇਰੇ ਵਾਲ ਟੂ ਲੌਂਗ, ਯੂ ਲੁੱਕ ਲਾਈਕ ਅ ਵਿਲੇਜ ਗਰਲ, ਕਹਿੰਦੀ ਇਹਨੂੰ ਛੋਟੇ ਕਰਵਾ ਦੇ। ਤੇ ਮੈਂ ਹੇਅਰ ਕੱਟ ਕਰਵਾ ਲਿਆ, ਤੇ ਨੈਕਸਟ ਟਾਈਮ ਕਲਾਸ 'ਚ ਗਈ ਉਹ ਕਹਿੰਦੀ ਹੋਰ ਛੋਟੇ ਕਰਵਾ ਲਏ, ਮੈਂ ਫਿਰ ਚੁਕਾ ਦਿੱਤੇ। ਫਿਰ ਥਰਡ ਟਾਈਮ ਗਈ ਫਿਰ ਕਹਿੰਦੀ ਹੋਰ ਛੋਟੇ ਕਰਾ ਲਾ, ਮੈਂ ਕਿਹਾ ਮੈਂ ਗੰਜੀ ਹੋ ਜਾਵਾਂ? ਦੀਦੀ ਦੈਟ ਇਜ਼ ਸੋ ਫਨੀ। ਫਨੀ ਤਾਂ ਤੇਰੇ ਵਾਲ ਵੀ ਆ, ਇੱਕ ਟੋਕੇ ਵਾਲੀ ਮਸ਼ੀਨ ਤੋਂ ਹੇਅਰ ਕੱਟ ਕਰਵਾਇਆ। ਨਹੀਂ ਕੀ ਮਤਲਬ? ਮਤਲਬ ਕਿ ਇੱਦਾਂ ਝਾਟਾ ਖਿਲਾਰ ਕੇ ਜਾਏਂਗੀ ਕਾਲਜ ਤਾਂ ਐਵਰੀਵਨ ਨੇ ਤੇਰੇ ਤੇ ਲਾਫ ਕਰਨਾ। ਵੈਸੇ ਕਾਲਜ ਕਿਹੜਾ ਤੇਰਾ? ਉਹ ਜਿਹੜਾ ਭਾਜੀ ਦੇ ਘਰ ਦੇ ਪਿੱਛੇ ਨਹੀਂ ਹੈਗਾ? ਅੱਛਾ ਅੱਛਾ, ਉਹ ਖਾਲਸਾ ਕਾਲਜ? ਨਹੀਂ ਦੀਦੀ, ਖਾਲਸਾ ਕਾਲਜ ਨਹੀਂ, ਉਹ ਖਾਲਸਾ ਕਾਲਜ ਹੀ ਹੈ। ਤੂੰ ਜਦੋਂ ਜਾਏਂਗੀ ਨਾ ਆਪੇ ਥੋੜ੍ਹੇ ਟਾਈਮ ਨਾਲ ਪਤਾ ਲੱਗ ਜਾਣਾ ਉਹਨੂੰ ਖਾਲਸਾ ਕਾਲਜ ਕਿਉਂ ਕਹਿੰਦੇ ਆ। ਵੈਸੇ ਕੋਰਸ ਕਿਹੜਾ ਤੇਰਾ? ਮੇਰਾ ਹੈਗਾ ਮਾਰਕੀਟਿੰਗ। ਓ ਅੱਛਾ, ਬਿਊਟੀ ਆ, ਮੇਕਅਪ ਤਾਂ ਕੁਛ ਕਰ ਲੈਂਦੀ, ਤਾਂ ਮੇਰੇ ਨਾਲ ਹੀ ਵਰਕ ਕਰ ਲੈਂਦੀ। ਚਲ ਮਾਰਕੀਟਿੰਗ ਵੀ ਨਾਈਸ ਆ। ਐਕਚੁਲੀ ਦੀਦੀ ਕੋਰਸ ਤਾਂ ਬਸ ਇੱਕ ਬਹਾਨਾ ਹੈ, ਮੈਨੂੰ ਤਾਂ ਮੋਮ ਡੈਡ ਨੇ ਭੇਜਿਆ ਤਾਂ ਕਿ ਮੈਂ ਭਾਜੀ ਨੂੰ ਨਾ ਵਿਆਹ ਵਾਸਤੇ ਮਨਾ ਲਵਾਂ। ਓ ਅੱਛਾ, ਮੈਂ ਵੀ ਸੋਚਿਆ ਕਿ ਇੰਡੀਆ ਦੀ ਪੜ੍ਹਾਈ ਮਿਡਲ 'ਚ ਲੀਵ ਕੇ ਇੱਥੇ ਕੀ ਕਰਨ ਆਈ ਹੈ। ਦੀਦੀ ਮੈਂ ਕਿਹੜਾ ਉੱਥੇ MBBS ਕਰ ਰਹੀ ਸੀ, BCA ਕਰ ਰਹੀ ਸੀ ਮੈਂ, ਅਤੇ ਨਾ ਮੈਂ ਉੱਥੇ ਪੜ੍ਹੀ ਨਾ ਮੈਂ ਇੱਥੇ ਪੜ੍ਹਨਾ, ਬਸ ਪਾਸ ਹੋਣਾ, ਇੰਨਾ ਤਾਂ ਮੈਂ ਕਰ ਹੀ ਲਊਂਗੀ। ਅਤੇ ਉੱਤੋਂ ਡੈਡ ਨੇ ਕਿਹਾ ਕਿ ਉਹ ਪੈਸੇ ਭੇਜ ਦੇਣਗੇ, ਸੋ ਮੈਨੂੰ ਜੋਬ ਕਰਨ ਦੀ ਵੀ ਕੋਈ ਲੋੜ ਨਹੀਂ ਹੈਗੀ, ਮੈਂ ਤਾਂ ਬਸ ਮੌਜਾਂ ਕਰਨੀਆਂ ਨੇ। ਵਾਹ ਭੈਣੇ, ਕਿਸਮਤ ਤਾਂ ਤੇਰੀ ਆ, ਅਸੀਂ ਤਾਂ ਬਸ ਥਾਂ ਹੀ ਗਏ ਆ। ਚਲ ਠੀਕ ਹੈ, ਮੈਂ ਕੁਛ ਖਾਣ ਨੂੰ ਲੈ ਕੇ ਆਉਂਦੀ ਹਾਂ। ਹਾਂਜੀ ਮੈਂ ਵੀ ਆਉਂਦੀ ਤੁਹਾਡੇ ਨਾਲ। ਉਹ ਸਿੱਧੂ ਯਾਰ ਕਟਰ ਫੜਾਈ ਯਾਰ, ਅੱਜ ਇਹਦਾ ਕੱਟਰ ਲੈ ਨਾ, ਕੋਈ ਬੱਚਿਆਂ ਦੀ ਖੇਡਣ ਦੀ ਚੀਜ਼ ਨਹੀਂ ਹੈਗੀ, ਜੇ ਲੱਗ ਜਾਏ ਨਾ ਖੂਨ ਨਿਕਲ ਆਉਂਦਾ। ਬੰਦਾ ਕਟਰ ਮੰਗਾਇਆ ਕਟਰ? ਕਟਰ ਨਾਲ ਖੂਨ ਨਿਕਲੇ ਨਾ ਨਿਕਲੇ, ਪਰ ਤੇਰੀਆਂ ਗੱਲਾਂ ਸੁਣ ਕੇ ਨਾ ਬੰਦੇ ਦੇ ਕੰਨਾਂ 'ਚੋਂ ਖੂਨ ਜ਼ਰੂਰ ਨਿਕਲ ਸਕਦਾ ਹੈ। ਇੱਕ ਸਟਰਗਲਿੰਗ ਕਲਾਕਾਰ ਦੀ ਕਦਰ ਹੀ ਨਹੀਂ ਕਰਦਾ ਕੋਈ, ਪਤਾ ਨਹੀਂ ਕਿਉਂ। ਚੰਕੀ ਪਾਂਡੇ ਕਟਰ ਫੜਾ ਦੇ, ਆ ਫੜੋ ਕਟਰ। ਰੋਬ ਤਾਂ ਮਾਰਦਾ ਜਿਵੇਂ ਬਿਲ ਗੇਟਸ ਹੋਵੇ, ਪੈਸੇ ਦੇਣੇ ਜਲੀਲਾਂ ਵਾਲੇ, ਕੰਮ ਕਰਾਉਣੇ ਵਕੀਲਾਂ ਵਾਲੇ। ਹੁਣ ਇੱਥੇ CN ਟਾਵਰ ਬਣ ਕੇ ਨਾ ਖੜਾ ਰਹਿ, ਉੱਪਰ ਜਾ ਕੇ ਰਾਊਟਰ ਦੀਆਂ ਤਾਰਾਂ ਚੈੱਕ ਕਰ। ਲੱਗਾ ਵੀਰੇ, ਲੱਗਾ ਜਾ ਹੀ ਰਹੇ ਸੀ। ਮੀਤ, ਮੀਤ, ਓ ਮੀਤ। ਹਾਂ ਪੈਮ, ਕੀ ਹੋ ਗਿਆ, ਕਿਉਂ ਸ਼ਾਊਟ ਕਰੀ ਜਾਂਦੀ ਆ? ਸ਼ਾਊਟ ਨਾ ਕਰਾਂ ਤਾਂ ਕੀ ਕਰਾਂ? ਲਵਬਰਡਸ ਆਏ ਹੋਏ ਨੇ ਪਾਰਲਰ 'ਚ, 2 ਘੰਟਿਆਂ ਤੋਂ ਮੇਰਾ ਦਿਮਾਗ ਖਰਾਬ ਕੀਤਾ ਹੋਇਆ ਦੋਨਾਂ ਨੇ।
ਕੁੜੀ ਆਪਣਾ ਹੇਅਰ ਸਟਾਈਲ ਬਣਵਾਉਣ ਆਈ ਸੀ, ਮੁੰਡਾ ਕੁਛ ਹੋਰ ਦੱਸੀ ਜਾ ਰਿਹਾ ਸੀ ਤੇ ਕੁੜੀ ਕੁਛ ਹੋਰ. ਐਂਡ 'ਚ ਹੀ ਡਿਸਾਈਡ ਹੋਇਆ ਜੋ ਮੁੰਡੇ ਨੇ ਕਿਹਾ ਉਹੀ ਕਰਨਾ ਤੇ ਮੈਂ ਕਰਤਾ. ਤੇ ਸ਼ੀਸ਼ਾ ਦੇਖ ਕੇ ਮੈਨੂੰ ਕਹਿੰਦੀ ਵਟ ਹੈਵ ਯੂ ਡਨ? ਮੈਂ ਕਿਹਾ ਉਹੀ ਕੀਤਾ ਜੋ ਤੇਰੇ ਖਸਮ ਨੇ ਕਿਹਾ ਸੀ. ਫਿਰ ਹੋਣਾ ਕੀ ਸੀ, ਲਵ ਬਰਡਸ ਨੂੰ ਐਂਗਰੀ ਬਰਡਸ ਬਣਦੇ ਦੇਰ ਨਹੀਂ ਲੱਗੀ, ਹੁਣ ਆਪਸ 'ਚ ਲੜੀ ਜਾ ਰਿਹਾ ਦੋਨੋਂ. ਤੂੰ ਜਾ ਕੇ ਹੈਂਡਲ ਕਰ ਦੋਨਾਂ ਨੂੰ. ਮੈਂ ਕੀ ਹੈਂਡਲ ਕਰਨਾ, ਤੂੰ ਮਨੀ ਲੈ ਤੇ ਚੱਲਦਾ ਕਰ ਦੋਨਾਂ ਨੂੰ. ਪੈਸੇ ਤਾਂ ਦੇ ਦਿੱਤੇ ਉਹਨਾਂ ਨੇ, ਹੁਣ ਜਾਣ ਦਾ ਨਾਂ ਹੀ ਨਹੀਂ ਲੈ ਰਹੇ. ਆਪਸ 'ਚ ਲੜੀ ਜਾ ਰਹੇ ਦੋਨੋਂ. ਪਾਰਲਰ ਦੀ ਪਾਰਲੀਮੈਂਟ ਬਣਾਈ ਹੋਈ ਉਹਨਾਂ ਦੋਨਾਂ ਨੇ. ਤੂੰ ਐਵੇਂ ਐਂਗਰੀ ਨਾ ਹੋ, ਚੱਲ ਮੈਂ ਦੇਖਦੀ ਹਾਂ. ਮੈਂ ਨਹੀਂ ਜਾਣਾ, ਤੂੰ ਦੇਖ. ਓਕੇ ਚੱਲ ਤੂੰ ਤਨੂ ਕੋਲ ਜਾ ਫਿਰ. ਤਨੂ? ਯਾ ਉਹ ਮੇਰੀ ਮਾਸੀ ਦੀ ਕੁੜੀ ਜਿਹੜੀ ਇੰਡੀਆ ਤੋਂ ਆਈ ਆ. ਤੂੰ ਇੱਕ ਦੋ ਵਾਰ ਫੇਸ ਟਾਈਮ ਤੇ ਟਾਕ ਤਾਂ ਕੀਤਾ ਸੀ ਉਹਦੇ ਨਾਲ. ਓ ਯੈਸ, ਨਾਓ ਆਈ ਰਿਮੈਂਬਰ, ਆਲ ਗੋ ਸੀ ਹਰ. ਹੇ ਤਨੂ, ਹਾਊ ਆਰ ਯੂ? ਹਾਈ ਪੈਮ ਦੀਦੀ, ਹਾਊ ਆਰ ਯੂ? Hey, don't call me Didi, call me Pam. This is Canada, babes. Pam, problem hogi si koi parlor vich? Oh, eh ta chalda hi rehnda. Meet will handle. Onu pati te bacche handle kar kar ke bahut practice ho gayi hai. She's an expert, you know. But Meet Didi is very soft spoken. Poonda da khakkar hai ho. Jine panga liya, oh ta samjho gaya. Chale gaye dono. Shukar. I'll check the door. ਤੂੰ ਤੂੰ ਵੀ ਇੱਥੇ? ਤੂੰ ਤੂੰ ਇੱਥੇ ਕੀ ਕਰ ਰਿਹਾ? ਇਹ ਮੇਰਾ ਘਰ ਹੈ. ਘਰ ਇਨਸਾਨਾਂ ਦੇ ਹੁੰਦੇ ਨੇ, ਭੂਤ ਚੜੇਲਾਂ ਦਰਖਤਾਂ ਤੇ ਰਹਿੰਦੇ ਨੇ. ਰਹਿੰਦੇ ਤਾਂ ਉੱਲੂ ਵੀ ਦਰਖਤਾਂ ਤੇ ਨੇ. ਓ ਜਾ ਓ ਜਾ, ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ, ਦੇਸੀ ਬਾਂਦਰੀ ਵਲੈਤੀ ਚੀਕਾਂ. ਚੁੱਪ ਕਰ ਚਮਕਾਦੜ ਜਿਹਾ, ਪੰਜਾਬ 'ਚ ਦੋਧੀ ਵੀ ਤੇਰੇ ਨਾਲੋਂ ਜ਼ਿਆਦਾ ਤਿਆਰ ਹੋ ਕੇ ਦੁੱਧ ਪਾਉਣ ਜਾਂਦੇ ਨੇ. ਮੈਨੂੰ ਦੇਸੀ ਕਹਿ ਰਿਹਾ. ਚੱਲ ਚੱਲ, ਸੂਰ ਤੋਂ ਅਮਲੀ ਅਕਲੋਂ ਕਮਲੀ, ਸਪਲਿਟ ਪਰਸਨੈਲਿਟੀ. ਪਰਸਨੈਲਿਟੀ ਦੇ ਸਪੈਲਿੰਗ ਆਉਂਦੇ ਨੇ ਤੈਨੂੰ? ਜਦੋਂ ਲੋਕਾਂ ਨੇ ਆਪਣਾ ਘਰ ਪੇਂਟ ਕਰਨਾ ਹੁੰਦਾ ਨਾ, ਤਾਂ ਇਹੋ ਜਿਹੇ ਕੱਪੜੇ ਪਾਉਂਦੇ ਨੇ, ਜਿਹੋ ਜਿਹੇ ਤੂੰ ਸਾਡੇ ਲੰਚ ਤੇ ਪਾ ਕੇ ਆ ਗਿਆ. ਆਪਣੀ ਭੈਣ ਵੱਲ ਦੇਖ, ਪ੍ਰੋਪਰ ਤਿਆਰ ਹੋ ਕੇ ਆਈ ਆ. ਤੇ ਤੂੰ ਹੱਥ-ਅੰਗ ਸ਼ਕਲ ਤੋਂ ਤੇ ਵਾਂਝੇ ਰਹਿ ਗਏ ਅਕਲ ਤੋਂ. ਓਹੋ, ਪਤਾ ਨੀ ਕੀ ਇੱਟ ਕੁੱਤੇ ਦਾ ਵੈਰ ਹੈ ਦੋਨਾਂ ਦਾ. ਜਦੋਂ ਵੀ ਮਿਲਣਗੇ ਐਨਮੀਆਂ ਵਾਂਗੂ ਲੜਨਗੇ. ਤਨੂ, ਤੂੰ ਸੈਮ ਨੂੰ ਬਾਹਰ ਲੈ ਕੇ ਜਾ, ਤੇ ਪੈਮ, ਤੂੰ ਇੱਕ ਵਰਡ ਵੀ ਸਪੀਕ ਨਹੀਂ ਕਰਨਾ ਹੁਣ.